लो जी आ गया बाघ भरम जारे च है ओ जा रहा वाह जी वाह है टोर तो कोई है परवाह इन गल बड़ा खतरनाक है शेर का सब अच्छा लगता आहो वही गल है वाह जी वाह ਉਹ ਤੇਰੀ ਬੱਕਰੀ ਬੁੱਕਰੀ ਚੱਕਣੀ ਹੈ ਤੈਨੂੰ ਮੈਂ ਦੱਸ ਦਿੰਦਾ ਇਹਨੇ ਤੇ ਇੱਥੇ ਇੱਕ ਜਾਨਵਰ ਲੱਗਾ ਉਹਨੂੰ ਕੁੱਤੇ ਭੌਂਕ ਰਹੇ ਸੀਗੇ ਜਦੋਂ ਅਸੀਂ ਧਿਆਨ ਨਾਲ ਦੇਖਿਆ ਤਾਂ ਉਹ ਬਾਹਰ ਨਿਕਲ ਕੇ ਆਇਆ ਇਹਨਾਂ ਭੰਗ ਦੇ ਵਿੱਚੋਂ ਬੂਟਿਆਂ ਚੋਂ ਤੇ ਉਹ ਸਾਨੂੰ ਲੱਗਾ ਚੀਤਾ ਜਾਂ ਕੋਈ ਜੈਗੁਆਰ ਨਸਲ ਦਾ ਕਾਫੀ ਖਤਰਨਾਕ ਸੀ ਕੁੱਤੇ ਦਾ ਉਹ ਵੱਡਾ ਸੀਗਾ ਤੇ ਲੰਬਾਈ ਵਿੱਚ ਵੀ 3.5-4 ਫੁੱਟ ਉਹਦੀ ਲੰਬਾਈ ਸੀਗੀ ਨਵਾਂਸ਼ਹਿਰ ਦੇ ਪਿੰਡਾਂ ਦੇ ਵੱਲ ਵੇਖਿਆ ਗਿਆ ਖਤਰਨਾਕ ਜੰਗਲੀ ਜਾਨਵਰ ਖਬਰ ਨਵਾਂਸ਼ਹਿਰ ਦੇ ਪਿੰਡ ਭਰੂਮਜ਼ਾਰੀ ਦੀ ਹੈ ਜਿੱਥੇ ਭਰੂਮਜ਼ਾਰੀ ਦੇ ਖੇਤਾਂ ਦੇ ਵਿੱਚ ਇੱਕ ਖਤਰਨਾਕ ਜੰਗਲੀ ਜਾਨਵਰ ਨੂੰ ਘੁੰਮਦਾ ਦੇਖਿਆ ਗਿਆ ਪਿੰਡ ਵਾਸੀਆਂ ਦੇ ਮੁਤਾਬਕ ਇਸ ਜੰਗਲੀ ਜਾਨਵਰ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਸ਼ੇਰ ਜਾਂ ਚੀਤਾ ਹੋਵੇ ਤੇ ਮੌਕੇ ਤੇ ਕਿਸੇ ਵਿਅਕਤੀ ਦੇ ਵੱਲੋਂ ਇਸ ਜੰਗਲੀ ਜਾਨਵਰ ਦੀ ਵੀਡੀਓ ਬਣਾ ਲਈ ਹੈ ਤਸਵੀਰਾਂ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਇਹ ਜਾਨਵਰ ਜੋ ਕਿ ਸ਼ੇਰ ਜਾਂ ਚੀਤੇ ਵਰਗਾ ਲੱਗ ਰਿਹਾ ਤੇ ਝਾੜੀਆਂ ਦੇ ਵਿੱਚੋਂ ਲੁਕ ਲੁਕ ਕੇ ਗਰਾਊਂਡ ਦੇ ਵਿੱਚੋਂ ਘੁੰਮ ਰਹੀਆਂ ਬੱਕਰੀਆਂ ਨੂੰ ਖਾਣ ਆ ਰਿਹਾ ਸੀ ਤਾਂ ਜਦੋਂ ਉੱਥੇ ਉੱਚੀ ਉੱਚੀ ਕੁੱਤੇ ਭੌਂਕਣ ਲੱਗੇ ਤਾਂ ਇਹ ਜੰਗਲੀ ਜਾਨਵਰ ਪਿੱਛੇ ਮੁੜ ਗਿਆ ਤੇ ਜਾ ਕੇ ਝਾੜੀਆਂ ਦੇ ਵਿੱਚ ਲੁੱਕ ਗਿਆ ਪਿੰਡ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਹਰ ਰੋਜ਼ ਇੱਥੇ ਗਰਾਊਂਡ ਦੇ ਕੋਲ ਖੜ੍ਹੇ ਹੁੰਦੇ ਨੇ ਅਤੇ ਅਚਾਨਕ ਜਦੋਂ ਅੱਜ ਅਸੀਂ ਖੜ੍ਹੇ ਸੀ ਤਾਂ ਕੋਲ ਖੜ੍ਹੇ ਕੁੱਤੇ ਉੱਚੀ ਉੱਚੀ ਭੌਂਕ ਰਹੇ ਸੀ ਤਾਂ ਜਦੋਂ ਉਹਨਾਂ ਨੇ ਦੇਖਿਆ ਝਾੜੀਆਂ ਵੱਲ ਤਾਂ ਇੱਕ ਜੰਗਲੀ ਜਾਨਵਰ ਜੋ ਕਿ ਸ਼ੇਰ ਜਾਂ ਚੀਤੇ ਵਰਗਾ ਲੱਗ ਰਿਹਾ ਸੀ ਤਾਂ ਉਹ ਗਰਾਊਂਡ ਦੇ ਵਿੱਚ ਘੁੰਮ ਰਹੀਆਂ ਬੱਕਰੀਆਂ ਨੂੰ ਖਾਣ ਆ ਰਿਹਾ ਸੀ ਤਾਂ ਅਚਾਨਕ ਜਾਨਵਰ ਸਾਨੂੰ ਦੇਖ ਕੇ ਪਿੱਛੇ ਮੁੜ ਗਿਆ ਅਤੇ ਜਾ ਕੇ ਝਾੜੀਆਂ ਦੇ ਵਿੱਚ ਵੜ ਗਿਆ ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਜੰਗਲੀ ਵਿਭਾਗ ਨੂੰ ਵੀ ਦਿੱਤੀ ਹੈ ਅਤੇ ਉਹਨਾਂ ਨੇ ਪਿੰਡ ਆ ਕੇ ਇਸ ਜੰਗਲੀ ਜਾਨਵਰ ਦੀ ਭਾਲ ਵੀ ਕੀਤੀ ਪਰ ਪਰਸੋਂ ਤੋਂ ਬਾਅਦ ਇਹ ਜਾਨਵਰ ਮੁੜ ਕੇ ਨਹੀਂ ਦਿਖਾਈ ਦਿੱਤਾ ਅਤੇ ਜੰਗਲੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਇਹ ਜੰਗਲੀ ਜਾਨਵਰ ਕਿਤੇ ਵੀ ਦਿਖਾਈ ਦੇਵੇ ਤਾਂ ਸਾਨੂੰ ਤੁਰੰਤ ਸੂਚਨਾ ਦੇਵੇ ਅਸੀਂ ਪਿੰਡ ਭਰੋਮਜਰਾ ਤੋਂ ਮੇਰੇ ਨਾਲ ਸਰਪੰਚ ਗੁਰਦਿਆਲ ਸਿੰਘ ਅਤੇ ਛੋਟਾ ਵੀਰ ਸੋਨੀ ਵੀਰ ਅਤੇ ਪਰਸੋਂ ਦੀ ਗੱਲ ਆ ਜੀ ਪਰਸੋਂ ਸ਼ਾਮ ਦੀ ਕੋਈ ਲਗਭਗ 4:30-5 ਵਜੇ ਦੀ ਤਾਂ ਇੱਥੇ ਖੜ੍ਹੇ ਸੀਗੇ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਸੀਗੇ ਅਤੇ ਇੱਥੇ ਇੱਕ ਜਾਨਵਰ ਲੱਗਾ ਉਹਨੂੰ ਕੁੱਤੇ ਭੌਂਕ ਰਹੇ ਸੀਗੇ ਜਦੋਂ ਅਸੀਂ ਧਿਆਨ ਨਾਲ ਦੇਖਿਆ ਤਾਂ ਉਹ ਬਾਹਰ ਨਿਕਲ ਕੇ ਆਇਆ ਇਹਨਾਂ ਭੰਗ ਦੇ ਵਿੱਚੋਂ ਬੂਟਿਆਂ ਚੋਂ ਅਤੇ ਉਹ ਸਾਨੂੰ ਲੱਗਾ ਚੀਤਾ ਜਾਂ ਕੋਈ ਜੈਗੁਆਰ ਨਸਲ ਦਾ ਕਾਫੀ ਖਤਰਨਾਕ ਸੀ ਕੁੱਤੇ ਦਾ ਉਹ ਵੱਡਾ ਸੀਗਾ ਅਤੇ ਲੰਬਾਈ ਵਿੱਚ ਵੀ 3.5-4 ਫੁੱਟ ਉਹਦੀ ਲੰਬਾਈ ਸੀਗੀ ਕਿਉਂ ਇੱਥੇ ਬੱਕਰੀਆਂ ਵਗੈਰਾ ਚਰਦੀਆਂ ਸੀ ਤਾਂ ਉਹਦਾ ਧਿਆਨ ਉੱਧਰ ਨੂੰ ਸੀਗਾ ਉਸ ਤੋਂ ਬਾਅਦ ਮੈਂ ਮੋਬਾਈਲ ਕੱਢਿਆ ਉਹਦੀ ਵੀਡੀਓ ਬਣਾਈ ਅਤੇ ਪਰਸੋਂ ਇਹ 13 ਤਰੀਕ ਸ਼ਾਮ ਦੀ ਗੱਲ ਆ ਜੀ 13/10/2023 ਦੀ ਉਸ ਤੋਂ ਬਾਅਦ ਇਹ ਜਾਨਵਰ ਅਕਮਾਦੀਆਂ ਦੇ ਵਿੱਚ ਨਿਕਲ ਗਿਆ ਅਤੇ ਅਸੀਂ ਵਿਭਾਗ ਨੂੰ ਵੀ ਦੱਸਿਆ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਵਿਭਾਗ ਨੂੰ ਵੀ ਦਿੱਤੀ ਉਹਨਾਂ ਦੇ ਵੀ ਰਾਤ ਨੂੰ ਹੋਏ ਉਹਨਾਂ ਨੂੰ ਵੀਡੀਓ ਵੀ ਭੇਜੀ ਉਹਨੇ ਵੀ ਦੇਖਿਆ ਸਾਰਾ ਵੀ ਇਹ ਜੰਗਲੀ ਜਾਨਵਰ ਆ ਵੀ ਭਟਕ ਕੇ ਇੱਧਰ ਆ ਗਿਆ ਅਤੇ ਫਿਲਹਾਲ ਉਹ 3 ਦਿਨ ਹੋ ਗਏ ਮੁੜ ਕੇ ਦਿਸਿਆ ਨਹੀਂ ਹੈਗਾ ਇੱਥੇ ਇਹਦੇ ਬਾਰੇ ਹੁਣ ਵਣ ਵਿਭਾਗ ਵਾਲੇ ਵੀ ਆਏ ਸੀਗੇ ਅਸੀਂ ਤਾਂ ਵੈਸੇ ਖੜ੍ਹੇ ਗੱਲਾਂ ਕਰ ਸੀ ਕੁੱਤੇ ਭੌਂਕ ਰਹੇ ਸੀਗੇ ਜੀ ਹਾਂ ਜੇ ਕੁੱਤੇ ਭੌਂਕੇ ਤਾਂ ਧਿਆਨ ਨਾਲ ਦੇਖਿਆ ਵੀ ਕੀ ਚੀਜ਼ ਹੋ ਸਕਦੀ ਇੱਥੇ ਤਾਂ ਅਸੀਂ ਇੱਥੇ ਖੇਤਕ 'ਤੇ ਖੜ੍ਹੇ ਸੀ ਖੇਤਕ ਦੀ ਦੂਰੀ ਹੋਏਗੀ ਇੱਥੋਂ 50-60 ਗਜ਼ ਦੀ ਤਾਂ ਉਹ ਜਦ ਵਿੱਚੋਂ ਨਿਕਲ ਕੇ ਬਾਹਰ ਨੂੰ ਆਇਆ ਅਤੇ ਫਿਰ ਉਹਨੇ ਸਾਨੂੰ ਦੇਖਿਆ ਉਹਨੇ ਹੋ ਸਕਦਾ ਬੱਕਰੀ ਜਾਂ ਕੋਈ ਉਹਦਾ ਬੱਚਾ ਫੜਨਾ ਹੋਊਗਾ ਅਤੇ ਉੱਥੋਂ ਫਿਰ ਸਾਨੂੰ ਦੇਖ ਕੇ ਤਾਂ ਵਾਪਸ ਕਮਾਦ ਦੇ ਖੇਤਾਂ 'ਚ ਚਲ ਗਿਆ ਬਿਲਕੁਲ ਜੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਉਹ ਆਏ ਸੀਗੇ ਸਾਰੇ ਹਾਂ ਜੀ ਫਿਲਹਾਲ 3 ਦਿਨ ਹੋ ਗਏ ਇੱਥੇ ਨਾ ਮੁੜ ਕੇ ਦੁਬਾਰਾ ਦੇਖਿਆ ਗਿਆ ਅਤੇ ਨਾ ਕੋਈ ਉਹਦੇ ਕਿਉਂਕਿ ਹਾਲੇ ਖੇਤਾਂ ਦੇ ਵਿੱਚ ਸਾਰੇ ਫਸਲਾਂ ਆ ਕੋਈ ਉਹਦੀ ਪੈੜ ਵੀ ਨਹੀਂ ਲੱਭ ਰਹੀ ਉਸ ਤੋਂ ਬਾਅਦ ਨਹੀਂ ਦੱਸਿਆ ਨਹੀਂ ਉਸ ਤੋਂ ਬਾਅਦ ਨਹੀਂ ਦੱਸਿਆ ਜੀ ਮੰਗ ਤਾਂ ਇਹੀ ਆ ਵੀ ਕਿਤੇ ਵੀ ਆਲੇ ਦੁਆਲੇ ਹੋਰਾਂ ਪਿੰਡਾਂ 'ਚ ਵੀ ਆ ਕੋਈ ਨੁਕਸਾਨ ਨਾ ਕਰੇ ਇਸ ਤੋਂ ਪਹਿਲਾਂ ਉਹਨੂੰ ਕਾਬੂ ਕਰ ਲਿਆ ਜਾਵੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ 6961-77,000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਭੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਆਨੰਦ ਦਵਾਖਾਨਾ ਸਾਹਮਣੇ ਬੱਸ ਸਟੈਂਡ ਪਟਿਆਲਾ ਡਾਕਟਰ ਗੁਪਤਾ 6961-77,000